ਇਹ ਜੀ ਜਹਾਂਗੀਰ ਦਾ ਕਸੂਰ ਸੀ। ਗੁਰੂ ਕਦੀ ਬੇਇਨਸਾਫੀ ਨਹੀਂ ਕਰਦਾ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਦੇ ਨੱਕ 'ਚ ਨਕੇਲ ਪਾਈ ਹੈ ਅਤੇ ਭੜਭੂੰਜੇ ਨੇ ਉਸੇ ਕਰਸ਼ੇ ਨਾਲ ਇਹਦੇ ਸਿਰ 'ਚ ਕਰਸ਼ਾ ਮਾਰ ਕੇ ਚੰਦੂ ਨੂੰ ਮਾਰਿਆ, ਜੇ ਇਹਨੇ ਵੱਡਾ ਬੱਜਰ ਗੁਨਾਹ ਕੀਤਾ ਤਾਂ ਨਕੇਲ ਪਾਈ ਗਈ ਹੈ ਨਾ। ਅਸੀਂ ਇਹ ਤਾਂ ਸੁਣਨ ਨੂੰ ਮਿਲਦਾ ਨਹੀਂ ਜੀ ਚੰਦੂ ਦਾ ਕੋਈ ਕਸੂਰ ਨਹੀਂ। ਇਹਦਾ ਮਤਲਬ ਹੈ ਗੁਰੂ ਹਰਗੋਬਿੰਦ ਸਾਹਿਬ ਗਲਤ ਫੈਸਲਾ ਕਰਕੇ ਬੰਦਾ ਕਤਲ ਕਰਤਾ। ਮੈਂ ਸਿੱਧੀ ਗੱਲ ਕਰ ਰਿਹਾ, ਉਹਦਾ ਕਸੂਰ ਹੈ ਪੂਰਾ, ਉਹਦਾ ਪੂਰਾ ਵਿੱਚ ਹੱਥ ਹੈ। ਕਾਰਨ ਕੀ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ? ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਕਾਰਨ ਬੜੇ ਸਿੱਧੇ ਨੇ। ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਸਾਕਾ। ਪਰ ਧੰਨ ਗੁਰੂ ਅਰਜਨ ਦੇ ਮਹਾਰਾਜ, ਉਹਨਾਂ ਦੀ ਸ਼ਹਾਦਤ ਦੇ ਕਾਰਨ ਕੀ? ਇੱਕ ਤਾਂ ਚਲੋ ਪਿਛਲੇ ਸਾਲਾਂ 'ਚ ਇੱਕ ਕਈ ਦਹਾਕੇ ਹੋ ਗਏ ਆ, ਜਹਾਂਗੀਰ ਦੀ ਜਿਹੜੀ ਜੀਵਨੀ ਹੈ ਤੁਜ਼ਕੇ ਜਹਾਂਗੀਰੀ, ਉਹਦੇ ਵਿੱਚੋਂ ਫਾਰਸੀ ਸਰੋਤ ਵਿੱਚੋਂ ਵਿਦਵਾਨਾਂ ਨੇ ਉਹ ਪਹਿਰੇ ਕੱਢ ਕੇ ਖੂਬੂ ਛਾਪ ਦਿੱਤੇ ਆ, ਜਿਹਦੇ ਵਿੱਚ ਜਹਾਂਗੀਰ ਕਹਿੰਦਾ ਹੈ ਕਿ ਅਰਜਨ ਨਾਮੀ ਹਿੰਦੂ ਗੋਇੰਦਵਾਲ ਦੇ ਇੱਕ ਝੂਠ ਦੀ ਦੁਕਾਨ ਬਣਾ ਕੇ ਬੈਠਾ, ਮੂਰਖ ਹਿੰਦੂ ਅਤੇ ਕੁਝ ਭੋਲੇ ਭਾਲੇ ਲੋਕ ਉਹਨਾਂ ਨੂੰ ਆਪਣੇ ਪਿੱਛੇ ਲਾਈ ਬੈਠਾ, ਮੂਰਖ ਕਈ ਮੁਸਲਮਾਨ ਵੀ ਉਹਨੂੰ ਮੰਨਦੇ ਪਏ ਆ। ਮੇਰੀ ਮੁੱਦਤਾਂ ਤੋਂ ਇਹ ਤਾਂਗ ਸੀ ਮੈਂ ਝੂਠ ਦੀ ਦੁਕਾਨ ਨੂੰ ਬੰਦ ਕਰਨਾ। ਪਿਆਰਿਓ, ਜਿਹਨੂੰ ਝੂਠ ਦੀ ਦੁਕਾਨ ਕਹਿੰਦਾ ਸੀ ਖੁਦ ਝੂਠਾ ਸੀ, ਇਹ ਤਾਂ ਸੱਚ ਦਾ ਘਰ ਹੈ, ਉਹਨਾਂ ਦੇ ਮਨ ਸੀ। ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਵੇਖੋ ਤਿੰਨ ਕਾਰਨ ਨੇ ਬੜੇ ਵੱਡੇ, ਕਿਉਂਕਿ ਜਿਹੜਾ ਬ੍ਰਾਹਮਣ ਹੈ, ਮੈਂ ਕਿਸੇ ਇੱਕ ਜਾਤ ਨੂੰ ਵਾਹਿਗੁਰੂ ਕਹਿ ਰਿਹਾ, ਜਿਹੜਾ ਸਦੀਆਂ ਤੋਂ ਆਪਣੇ ਕਰਮ ਕਾਂਡਾਂ ਦੇ ਰੱਸਿਆਂ 'ਚ ਬੰਨੀ ਬੈਠਾ ਹੈ, ਉਹਨੂੰ ਪਤਾ ਵੀ ਜੋ ਕੁਝ ਹੁਣ ਇਕੱਠਾ ਹੋ ਗਿਆ ਗੁਰੂ ਗ੍ਰੰਥ ਸਾਹਿਬ 'ਚ, ਇਹਨਾਂ ਲੋਕਾਂ ਨੇ ਮੈਨੂੰ ਨਹੀਂ ਮੰਨਣਾ। ਸਰਾਧ ਨਹੀਂ ਬਾਣੀ ਮੰਨਦੀ, ਸੋਤਕ ਪਾਤਕ ਬਾਣੀ ਨਹੀਂ ਮੰਨਦੀ, ਪਿਆਰਿਓ ਮਰਨ ਤੋਂ ਬਾਅਦ ਪਿੰਡ ਭਰਨੇ ਨਹੀਂ ਮੰਨਦੀ, ਬ੍ਰਾਹਮਣ ਨੂੰ ਇਕੱਲੇ ਦਾਨ ਦਿੱਤੇ ਨੂੰ ਨਹੀਂ ਮੰਨਦੀ। ਦੂਜੀ ਗੱਲ ਕਿ ਇਹ ਵੀ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡਾ ਕਾਰਨ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਭੰਡਦੇ ਸਾਂ, ਸੱਚ ਇਹ ਵੀ ਉਹਨਾਂ ਦੇ ਸ਼ਬਦਾਂ ਨੂੰ ਗੁਰੂ ਨੇ ਬਹੁਤ ਵੱਡਾ ਸਨਮਾਨ ਦੇ ਦਿੱਤਾ ਹੈ। ਭਗਤ ਰਵਿਦਾਸ ਜੀ ਮਹਾਰਾਜ, ਭਗਤ ਕਬੀਰ ਸਾਹਿਬ ਜੀ ਮਹਾਰਾਜ, ਭਗਤ ਸਦਨਾ ਜੀ ਮਹਾਰਾਜ, ਭਗਤ ਨਾਮਦੇਵ ਜੀ ਮਹਾਰਾਜ, ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਜੇ ਤੁਹਾਡੀ ਪਹਿਚਾਣ ਹੈ ਦੁਨੀਆ 'ਚ, ਇਹ ਗੁਰੂ ਅਰਜਨ ਦੇਵ ਦੀਆਂ ਤਿੰਨ ਬਖਸ਼ਾਂ ਕਰਕੇ ਹੈ। ਪਹਿਲੀ ਬਖਸ਼ਿਸ਼, ਉਹਨਾਂ ਨੇ ਹਰਿਮੰਦਰ ਸਾਹਿਬ ਸਾਨੂੰ ਕੇਂਦਰ ਦਿੱਤਾ, ਦਰਬਾਰ ਸਾਹਿਬ। ਕੇਂਦਰ ਤੋਂ ਬਿਨਾਂ ਜਿਸ ਕੌਮ ਕੋਲ ਸੈਂਟਰ ਕੋਈ ਨਹੀਂ, ਕੇਂਦਰ ਕਹਿੰਦੇ ਹੋ ਜੇਣਾ ਕੀ ਹੈ, ਉਹਨਾਂ ਨੇ ਸਾਨੂੰ ਕੇਂਦਰ ਸੈਂਟਰ ਦਿੱਤਾ ਹਰਿਮੰਦਰ ਸਾਹਿਬ। ਦੂਜਾ, ਉਹਨਾਂ ਨੇ ਸਾਨੂੰ ਸਦਾ ਜਿਉਂਦੇ ਰੱਖਣ ਲਈ ਰੂਹਾਨੀਅਤ ਦਾ ਗ੍ਰੰਥ, ਸ਼ਬਦਾਂ ਦਾ ਭੰਡਾਰਾ, ਸੱਚੀ ਮੁੱਚੀ ਕਿ ਜਿਸ ਖਜ਼ਾਨੇ ਦੀ ਕੋਈ ਕੀਮਤ ਨਹੀਂ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਦਾ ਖਜ਼ਾਨਾ ਦਿੱਤਾ। ਅਤੇ ਤੀਸਰਾ, ਗੁਰੂ ਅਰਜਨ ਦੇਵ ਨੇ ਆਪਣੀ ਲਿਪੀ, ਆਪਣਾ ਸਕ੍ਰਿਪਟ ਬਿਲਕੁਲ ਪੱਕਾ ਕਰ ਦਿੱਤਾ। ਪਿਆਰਿਓ, ਇਹ ਤਿੰਨ ਗੱਲਾਂ ਤੁਹਾਡੀ ਵੱਖਰੀ ਪਹਿਚਾਣ ਦਾ ਕਾਰਨ ਨੇ, ਇਹ ਤਿੰਨ ਚੀਜ਼ਾਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਹੁਣ ਉਹਨਾਂ ਨੂੰ ਖਤਮ ਕਰਨ ਦੇ ਚਾਰੇ, ਮੈਂ ਆਪ ਨੂੰ ਕਿਹਾ ਘਰ ਵਿੱਚ ਕਿੰਨੀ ਈਰਖ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ, ਚਲੋ ਕਈ ਗੱਲਾਂ ਸਟੇਜ 'ਤੇ ਨਹੀਂ ਕਰਨ ਵਾਲੀ ਹੁੰਦੀਆਂ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਸੀ, ਪਿਰਥੀਏ ਦੇ ਪੁੱਤਰ ਨੇ ਗ੍ਰੰਥ ਆਪਣਾ ਪਹਿਲੀ ਬਣਾ ਦਿੱਤਾ ਸੀ, ਆਪਣੀ ਬਾਣੀਆਂ ਲਿਖ ਕੇ। ਮੁੱਖ ਦੀ ਗੱਲ ਕੀ, ਇੱਕ ਤਾਂ ਰਿਸ਼ਤਾ ਆਇਆ, ਮਹਾਰਾਜ ਜੀ ਨੇ ਰਿਸ਼ਤਾ ਇਸ ਕਰਕੇ ਮੋੜ ਦਿੱਤਾ ਕਿਉਂਕਿ ਚੰਦੂ ਨੇ ਕਿਹਾ ਸੀ ਬ੍ਰਾਹਮਣ ਨੂੰ, ਕਹਿੰਦਾ ਕਿਹਦਿਆ ਰਿਸ਼ਤਾ ਕੀਤਾ, ਕਹਿੰਦਾ ਮਾਝੇ ਦੀ ਧਰਤੀ 'ਤੇ ਅਰਜਨ ਗੁਰੂ ਦੇ ਪੁੱਤਰ ਹਰਗੋਬਿੰਦ ਵੱਲ,
ਉਹ ਕਹਿੰਦਾ ਉਹ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ, ਅਸੀਂ ਚੁਬਾਰਾ ਉਹ ਮੋਰੀ, ਮੋਰੀ ਸਮਝ ਤੂੰ ਪਾਣੀ ਨਿਕਲਦਾ, ਮੋਰੀ ਨੂੰ ਲਾਇਆ। ਸੰਗਤਾਂ ਨੇ ਕਿਹਾ ਨਹੀਂ, ਗੁਰੂ ਘਰ ਦਾ ਅਪਮਾਨ ਕਰਨ ਵਾਲਾ ਉਹਦਾ ਰਿਸ਼ਤਾ ਪ੍ਰਵਾਨ ਰੱਖੀ, ਅਤੇ ਸਤਿਗੁਰਾਂ ਨੇ ਨਹੀਂ ਸਵੀਕਾਰ ਕੀਤਾ। ਉਸੇ ਵੇਲੇ ਭਾਈ ਪਾਰੋ ਪਰਮਹੰਸ ਦੀ ਕੁੱਲ ਵਿੱਚੋਂ ਭਾਈ ਨਰਾਇਣ ਦਾਸ ਦੀ ਬੇਟੀ ਦਮੋਦਰੀ ਦਾ ਰਿਸ਼ਤਾ ਹੋਇਆ ਸੀ, ਆਪ ਨੂੰ ਪਤਾ ਹੋਣਾ ਜਿਹੜੀ ਹਿਸਟਰੀ ਤੋਂ ਜਾਣੂ। ਫਿਰ ਧੰਨ ਗੁਰੂ ਅਰਜੁਨ ਦੇਵ ਲਈ ਬੀਰਬਲ ਭਾਵੇਂ ਮਰ ਗਿਆ ਪਰ ਇਹ ਵੀ ਕਬੂਲ ਬੋਲੇ ਨੇ। ਮੁੱਕ ਦੀ ਗੱਲ ਕੀ ਜੀ, ਖੁਸਰੋ ਨੇ ਬਗਾਵਤ ਕਰ ਦਿੱਤੀ, ਜਹਾਂਗੀਰ ਦੇ ਬੇਟੇ ਨੇ, ਇਹ ਗੋਇੰਦਵਾਲ ਦੇ ਘਾਟ ਤੋਂ ਲੰਘਿਆ। ਸਾਡੇ ਕੁਝ ਪੁਰਾਤਨ ਗ੍ਰੰਥ ਕਹਿੰਦੇ ਆ ਇਹਨੇ ਲੰਗਰ ਵੀ ਛਕਿਆ, ਗੁਰੂ ਜੀ ਨੇ ਧੀਰੇ ਦਿੱਤਾ, ਉਹ ਕਹਿੰਦੇ ਆ ਵੀ ਇਹਨਾਂ ਨੇ ਤਿਲਕ ਲਾਇਆ, ਜਿਹੜੇ ਜਹਾਂਗੀਰ ਦੀ ਕਿਤਾਬ ਵਿੱਚ ਕਹਿੰਦਾ ਜੀ ਇਹਨਾਂ ਤਿਲਕ ਲਾਇਆ। ਪਰ ਉਂਝ ਗੁਰੂ ਘਰ ਵਿੱਚ ਗੁਰਿਆਈ ਦੀ ਰਸਮ ਵੇਲੇ ਤਾਂ ਸੀ ਇਹ, ਪਰ ਆਮ ਬੰਦੇ ਨੂੰ ਨਹੀਂ। ਉਸ ਵਕਤ ਜਹਾਂਗੀਰ ਪਹਿਲਾਂ ਨਿਕਲ ਗਿਆ ਗੋਇੰਦਵਾਲ ਸਾਹਿਬ ਤੋਂ, ਕਿਉਂਕਿ ਗੋਇੰਦਵਾਲ ਦਾ ਘਾਟ ਸੀ ਜਿਹੜਾ ਲਾਹੌਰ ਨੂੰ ਜਾਂਦਾ ਸੀ। ਉੱਥੇ ਫਿਰ ਇਹਦੇ ਕੰਨ ਭਰੇ ਗਏ ਪਿਆਰੇ, ਉਹ ਫਿਰ ਉਹਨੇ ਆਪਣੀ ਕਿਤਾਬ 'ਚ ਲਿਖਿਆ ਕਿ ਮੈਂ ਇਹਦੇ ਬਾਲ ਬੱਚਾ, ਇਹਦੀ ਜਿੰਨਾ ਵੀ ਮਾਲ ਅਸਬਾਬ ਹੈ, ਇਹਨੂੰ ਜ਼ਬਤ ਕਰਕੇ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਗਿਆ। ਪਰ ਆਪਾਂ ਸਿੱਖ ਹਿਸਟਰੀ 'ਚ ਦੇਖੀਏ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦੇ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦੇ ਦਿੰਦੇ ਆ। ਯਾਦ ਰੱਖਿਓ, ਗੁਰਗੱਦੀ ਦੇ ਕੇ ਚੱਲੇ ਆ। ਪੰਜ ਸਿੱਖ ਸਤਿਗੁਰਾਂ ਦੇ ਨਾਲ ਜਾਂਦੇ ਆ, ਮਹਾਰਾਜ ਘਰੋਂ ਆਉਂਦੇ ਆ, ਗੁਰੂ ਕਾ ਮਹਿਲ ਜਿਹੜਾ ਸਥਾਨ ਹੈ ਉੱਥੋਂ ਆਉਂਦੇ ਆ, ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ ਆ, ਗੁਰੂ ਅਰਜੁਨ ਦੇਵ ਬੈਠ ਕੇ ਕੀਰਤਨ ਸੁਣਦੇ ਆ। ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਂਦੇ ਆ ਅਤੇ ਪਰਿਵਾਰ ਨਾਲ ਥੋੜ੍ਹਾ ਜਿਹਾ ਦੂਰ ਜਾਂਦਾ ਅਤੇ ਸਿੱਖਾਂ ਨੂੰ, ਪਰਿਵਾਰ ਨੂੰ ਗੁਰੂ ਅਰਜੁਨ ਦੇਵ ਮਹਾਰਾਜ ਵਾਪਸ ਤੋਰ ਦਿੰਦੇ ਆ। ਮੁਰਤਜ਼ਾ ਖਾਂ ਰੁਤਬਾ ਸੀ, ਚੰਦੂ ਦੇ ਹਵਾਲੇ ਅਤੇ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਂਦਾ। ਮੈਂ ਆਪ ਨੂੰ ਫਿਰ ਵੀ ਬੇਨਤੀ ਕਰਾਂ ਕਿ ਡੇਰਾ ਸਾਹਿਬ ਸ਼ਹੀਦ ਕੀਤਾ ਗਿਆ, ਤਸੀਹੇ ਜਿਹੜੇ ਨੇ ਵੱਖਰੀ ਥਾਂ 'ਤੇ ਦਿੱਤੇ ਗਏ। ਪਿਛਲੇ ਦਿਨ ਮੈਂ ਇੱਥੋਂ ਤੁਹਾਡੇ ਸੱਜਣ ਨੇ ਉਹਨੇ ਉਹ ਸਾਰੀਆਂ ਤਸਵੀਰਾਂ ਭੇਜੀਆਂ ਕਿ ਲਾਲ ਖੂਹੀ ਹੈ ਉੱਥੇ, ਉੱਥੇ ਪਹਿਲਾਂ ਕੋਈ ਫਕੀਰ ਬਹਿੰਦਾ ਰਿਹਾ, ਹੁਣ ਉਹਦਾ ਨਾਂ ਉੱਤੇ ਲਿਖ ਦਿੱਤਾ। ਅਸਲ 'ਚ ਉਹ ਰੁੱਖ ਹੈ ਜਿਸ ਥੱਲੇ ਗੁਰੂ ਅਰਜੁਨ ਦੇਵ ਨੂੰ ਤਸੀਹੇ ਦਿੱਤੇ ਗਏ। ਚੰਦੂ ਦੀ ਹਵੇਲੀ ਦੀ ਕੰਧ ਬਿਲਕੁਲ ਇੱਕ ਟੋਟਾ ਜੇ ਬਚਿਆ ਹੋਇਆ ਲਾਹੌਰ, ਉਹ ਬਿਲਕੁਲ ਨੇੜੇ ਦੇ। ਕੁਝ ਵਿਦਵਾਨ ਕਹਿੰਦੇ ਆ ਕਿ ਜਹਾਂਗੀਰ ਨੇ ਕਿਹਾ, ਵਹਿਮੀ ਤਾਂ ਹੈ ਸੀ, ਇੱਕ ਚੰਗੇਜ਼ ਖਾਨ ਨੇ ਆ ਕਾਨੂੰਨ ਬਣਾਇਆ ਸੀ, ਉਹਨੂੰ ਯਾਸਾਵਾ ਸਿਆਸਤ ਕਹਿੰਦੇ ਆ। ਇਹਦਾ ਮਤਲਬ ਇਹ ਵੇ ਕਿ ਰੂਹਾਨੀ ਪੁਰਸ਼ ਜਿਹੜਾ ਹੋਵੇ ਉਹਨੂੰ ਮਾਰਨ ਲੱਗਿਆਂ ਇਸ ਢੰਗ ਨਾਲ ਮਾਰੋ ਕਿ ਉਹਦੇ ਸਰੀਰ ਵਿੱਚੋਂ ਖੂਨ ਦਾ ਤੁਪਕਾ ਨਾ ਨਿਕਲੇ, ਜੇ ਖੂਨ ਨਿਕਲ ਗਿਆ ਤਾਂ ਉਹਦੇ ਵਰਗੇ ਹੋਰ ਪੈਦਾ ਹੋ ਜਾਂਦੇ ਆ। ਉਹਨੂੰ ਡੋਬ ਕੇ, ਉਹਨੂੰ ਭੁੰਨ ਕੇ, ਜਿਵੇਂ ਮਰਜ਼ੀ, ਜ਼ਮੀਨ 'ਤੇ ਨਹੀਂ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੂੰ ਜੁਰਮਾਨਾ ਭਰਨ ਦਾ ਜ਼ਿਕਰ ਕੀਤਾ ਜਾਂਦਾ। ਮੁੱਕ ਦੀ ਗੱਲ ਗੁਰਮਖੋ, ਪੰਜ ਦਿਨ ਤਸੀਹੇ ਦਿੱਤੇ ਗੁਰੂ ਅਰਜੁਨ ਦੇਵ ਨੂੰ ਅਤੇ ਤਿੰਨ ਤਰੀਕਿਆਂ ਦੇ ਤਸੀਹੇ ਦਿੱਤੇ। ਉਹ ਪੰਜ ਦਿਨ ਜਿਹੜੇ ਤਸੀਹੇ ਦਿੱਤੇ ਗਏ ਉਹਦਾ ਵੇਰਵਾ ਇਹ ਹੈ, ਸਭ ਤੋਂ ਪਹਿਲਾਂ ਸਤਿਗੁਰੂ ਨੂੰ ਜੇਠ ਦੀ ਤਪਦੀ ਧੁੱਪ, ਕੋਈ ਅੰਨ ਨਹੀਂ, ਕੋਈ ਪਾਣੀ ਨਹੀਂ, ਕੁਛ ਨਹੀਂ। ਚੰਦੂ ਦੀ ਨੂੰਹ ਦਾ ਜ਼ਿਕਰ ਸਾਡੇ ਪੁਰਾਣੇ ਹਵਾਲੇ ਦਿੰਦੇ ਆ। ਉਸ ਤੋਂ ਬਾਅਦ ਪਹਿਲਾ ਤਸੀਹਾ ਜਿਹੜਾ ਸ਼ੁਰੂ ਹੋਇਆ, ਸਤਿਗੁਰਾਂ ਨੂੰ ਪਹਿਲੇ ਦਿਨ ਦੇਗ ਵਿੱਚ ਉਬਾਲਿਆ ਹੈ,
ਉੱਤੋਂ ਅੱਗ ਪੈ ਰਹੀ ਸੀ, ਗਰਮ ਪਾਣੀ 'ਚ ਫਲੂਵੇ ਹੋ ਗਏ, ਕਿਉਂਕਿ ਇਸ ਤਰ੍ਹਾਂ ਗਰਮ ਪਾਣੀ 'ਚ ਪਾਇਆ, ਜਦੋਂ ਸਕਿਨ ਜਿਹੜੀ ਫਲੂਵੇ ਹੋ ਗਈ ਉੱਥੋਂ ਕੱਢਿਆ ਗਿਆ। ਉਸ ਦਿਨ ਸਾਰਾ ਦਿਨ ਉਹ ਫਲੂਵੇ ਰਿਹਾ ਪੂਰੇ ਸਰੀਰ 'ਤੇ ਜੀ। ਦੂਸਰਾ ਤਸੀਹਾ ਦਿੱਤਾ, 5 ਦਿਨ ਦਿੱਤੇ ਮੈਂ ਬੇਨਤੀ ਕੀਤੀ, ਦੂਜਾ ਫਿਰ ਤਸੀਹਾ ਦਿੱਤਾ ਜਦੋਂ ਫਲੂਵੇ ਹੋ ਗਏ, ਪਾਣੀ ਨਾਲ ਭਰ ਗਏ, ਉਹ ਫਲੂਵੇ ਫਟੇ ਅਤੇ ਇਹਨਾਂ ਨੇ ਫਿਰ ਗਰਮ ਰੇਤਾ ਮਹਾਰਾਜ ਦੇ ਸਿਰ 'ਤੇ ਸੱਟਿਆ, ਉਹ ਸਾਰੇ ਤਨ ਦੇ ਉੱਤੇ ਪਿਆ, ਕਿਉਂਕਿ ਉਹ ਫਲੂਵਿਆਂ ਉੱਤੇ ਜਦੋਂ ਗਰਮ ਰੇਤਾ ਪਏਗਾ ਦੁੱਖ ਕਿੰਨਾ ਦਿੰਦੇ ਹੋਣੇ ਨੇ। ਪਹਿਲਾਂ ਉਬਾਲਿਆ, ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਰੇਤਾ ਪਾਇਆ ਗਿਆ, ਤੀਸਰਾ ਫਿਰ ਤਸੀਹਾ ਜਿਹੜਾ ਅੰਤਲਾ ਦਿੱਤਾ ਜਾਂਦਾ ਉਹ ਹਜ਼ੂਰ ਨੂੰ ਤੱਤੀ ਤਵੀ ਉੱਤੇ ਬਿਠਾਇਆ ਜਾਂਦਾ ਹੈ। ਜੋ ਸਾਨੂੰ ਜਿੰਨਾ ਕੁ ਸਮਝ ਪਈ, ਮੈਂ ਇਹ ਨਹੀਂ ਕਿ ਮੇਰੀ ਸਮਝ ਦਾਵਾ ਹੈ, ਪਹਿਲਾਂ ਉਬਾਲਿਆ, ਫਿਰ ਰੇਤਾ ਪਾਇਆ, ਫਿਰ ਤੱਤੀ ਤਵੀ 'ਤੇ ਬਿਠਾਇਆ। ਸਤਿਗੁਰੂ ਦਾ ਸਾਰਾ ਜਿਸਮ ਰੇਤ ਨਾਲ ਵੀ, ਫਲੂਵਿਆਂ ਨਾਲ, ਆਹ ਸਾਰੀਆਂ ਥਾਵਾਂ ਜਿਹੜੀਆਂ ਸਨ ਭੁੱਜ ਚੁੱਕੀਆਂ ਸਨ ਤਵੀ 'ਤੇ ਬੈਠ ਕੇ। ਪਰ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਕੇ ਵੀ ਤੱਤਾ ਨਹੀਂ ਜੀ ਹੋਇਆ। ਯਾਦ ਰੱਖੋ, ਮੈਂ ਸ਼ੁਰੂਆਤ ਕੀਤੀ ਸੀ, ਆਪਣਿਆਂ ਨੇ ਵਧੀਕੀ ਕਰਕੇ ਤਪਾਉਣ ਦਾ ਯਤਨ ਕੀਤਾ, ਮਸੰਦਾਂ ਨੇ ਕੀਤਾ, ਰਬਾਬੀਆਂ ਨੇ ਕੀਤਾ, ਸੁਲੀ ਨੇ ਕੀਤਾ, ਬ੍ਰਾਹਮਣਾਂ ਨੇ ਕੀਤਾ, ਅਖੀਰ 'ਤੇ 5 ਦਿਨ ਤਪਸ਼ ਵਿੱਚ ਰੱਖਿਆ। ਪਰ ਬੀਬੀ ਭਾਨੀ ਦਾ ਜਾਇਆ ਇੰਨੀ ਤਪਸ਼ ਵਿੱਚ ਰਹਿ ਕੇ ਵੀ ਨਹੀਂ ਤੱਤਾ ਹੋਇਆ, ਫਿਰ ਵੀ ਗਾ ਰਿਹਾ ਸੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ। ਇੱਥੇ ਫਿਰ ਮੈਂ ਆਪ ਨੂੰ ਇਹ ਵੀ ਬੇਨਤੀ ਕਰਾਂ, ਹਿੰਦੁਸਤਾਨ ਵਿੱਚ ਪਹਿਲਾ ਸ਼ਹੀਦ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਹੈ। ਅਸੀਂ ਸਾਰੇ ਸਿੱਖ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ, ਅਤੇ ਮੈਂ ਕਹਿੰਦਾ ਜਿਹੜਾ ਆਹ ਸ਼ਬਦ ਹੈ ਨਾ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ 'ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਉ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਮਹਾਰਾਜ, 5 ਦਿਨਾਂ ਦੇ ਜਿਹੜੇ ਤਸੀਹੇ ਨੇ ਨਾ ਜੀ, 5 ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀਆਂ, ਮੈਂ ਸਿਰਫ ਤੁਹਾਡੇ 5-7 ਮਿੰਟ ਲਾਂਗਾ। ਤੁਸੀਂ ਅੱਜ ਸਤਿਗੁਰੂ ਨੂੰ ਯਾਦ ਪੈ ਕਰਦੇ ਹੋ, ਅਤੇ ਮੇਰੀ ਬੇਨਤੀ ਹੈ ਕੇਵਲ ਇਹ 3-4 ਦਿਨ ਹੀ ਨਹੀਂ, ਹੁਣ ਗੁਰਦੁਆਰਿਆਂ ਵਿੱਚ ਰੋਜ਼ ਆਇਆ ਕਰੋ, ਕਿਉਂਕਿ ਬਿਮਾਰੀ ਨੇ ਸਭ ਕੁਛ ਛਡਾ ਦਿੱਤਾ ਸੀ। ਮੈਂ ਫਿਰ ਬੇਨਤੀ ਕਰਾਂਗਾ, ਇਕੱਲਾ ਇਹ ਨਹੀਂ ਕਿ ਬਰਾੜ ਸ਼ਾਹ, ਮੈਂ ਕਹਿੰਦਾ ਜਿੱਥੇ ਵੀ ਆਪ ਸਥਾਨਾਂ 'ਤੇ ਜਾਂਦੇ ਹੋ, ਗੁਰਮੁਖੋ ਗੁਰੂ ਘਰ ਵਿਰਾਨ ਨਹੀਂ ਹੋਣ ਦੇਈਦੇ ਹੁੰਦੇ। ਠੀਕ ਹੈ, ਤੁਸੀਂ ਆਪਣਾ ਪ੍ਰਕਾਸ਼ਨ ਲਓ, ਪਰ ਗੁਰਦੁਆਰਿਆਂ ਵਿੱਚ ਸਤਿਗੁਰੂ ਕਿਰਪਾ ਕਰੇ। ਜਿਹੜੇ ਅਸੀਂ ਰੋਜ਼ ਕਹਿੰਦੇ ਹਾਂ ਕਿ ਜਿਹੜੇ ਦੀਵਾਨ ਨੇ ਰੋਜ਼ ਸੱਜਣੇ ਚਾਹੀਦੇ ਨੇ, ਹਾਂਜੀ ਇਹ ਰੋਜ਼ ਦੀਵਾਨ ਹੋਣੇ ਚਾਹੀਦੇ ਆ। ਸਤਿਗੁਰੂ ਕਿਰਪਾ ਕਰੇ, 5 ਜਿਹੜੇ ਦਿਨਾਂ ਦੇ ਤਸੀਹੇ ਨੇ ਇਹਨਾਂ ਨੂੰ ਭਾਈ ਸਾਹਿਬ ਨੇ ਰਹੱਸਮਈ ਢੰਗ ਨਾਲ ਲਿਖਿਆ। ਉਹ ਕਹਿੰਦੇ ਗੁਰੂ ਅਰਜੁਨ ਦੇਵ ਇਸ ਤਰ੍ਹਾਂ ਰੱਬ ਦੇ ਦਰਸ਼ਨਾਂ ਵਿੱਚ ਜੁੜੇ ਹੋਏ ਆ, ਇਸ ਤਰ੍ਹਾਂ ਪ੍ਰੇਮ 'ਚ ਭਿੱਜੇ ਆ, ਜਿਵੇਂ ਇੱਕ ਛੋਟੀ ਜਿਹੀ ਮੱਛੀ ਦਰਿਆ ਦੇ ਪਾਣੀ ਵਿੱਚ ਡੁੱਬੀ ਹੋਈ ਹੈ, ਉਹ ਦੁੱਖ ਦੇ ਰਹੇ ਆ। ਗੁਰੂ ਅਰਜੁਨ ਦੇਵ ਇਸ ਤਰ੍ਹਾਂ ਰੱਬ ਦੇ ਦੀਦਾਰ 'ਚ ਮਸਤ ਨੇ,
ਜਿਵੇਂ ਪਤੰਗਾ ਦੀਵੇ ਦੀ ਲਾਟ 'ਤੇ ਡਿੱਗਦਾ, ਸੜਦਾ, ਪਰ ਉਹਨੂੰ ਪਰਵਾਹ ਕੋਈ ਨਹੀਂ। ਗੁਰੂ ਅਰਜਨ ਦੇਵ ਸੁਰਤ ਕਰਕੇ ਸ਼ਬਦ ਇਸ ਤਰ੍ਹਾਂ ਸੁਣ ਰਹੇ ਆ ਜਿਵੇਂ ਹਰਨ ਨੂੰ ਤੀਰ ਵੱਜਦਾ, ਉਹ ਘੰਡੇ ਖੇੜੇ ਦੀ ਆਵਾਜ਼ ਨੂੰ ਸੁਣਨਾ ਨਹੀਂ ਹਟਦਾ। ਗੁਰੂ ਅਰਜਨ ਦੇਵ ਇਸ ਤਰ੍ਹਾਂ ਟਿੱਕ ਕੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠੇ ਆ, ਨੇਤਰ ਬੰਦ ਕਰਕੇ, ਜਿਵੇਂ ਇੱਕ ਭਵਰਾ ਕਮਲ ਦੇ ਫੁੱਲ 'ਚ ਬੈਠਾ ਹੈ। ਪਰ ਜਿਹੜੀ ਆਖਰੀ ਰਾਤ ਸੀ ਨਾ ਗੁਰਮੁਖੋ, ਬੜੀ ਕਸ਼ਟ ਭਰੀ ਰਾਤ ਸੀ। ਸ਼ਹੀਦ ਹੋਣ ਤੋਂ ਪਹਿਲਾਂ ਜਿਹੜੀ ਕਹਿਣਾ ਸੌਖਾ ਹੈ, ਵੇਖੋ ਥੋੜ੍ਹਾ ਜਿਹਾ ਤਵੇ ਨੂੰ ਕਿਤੇ ਰੋਟੀ ਪਕਾਉਂਦਿਆਂ ਹੱਥ ਲੱਗ ਜਾਏ, ਲੋਹਾ ਨਾਲ ਹੀ ਖਿੱਚ ਕੇ ਲੈ ਜਾਂਦਾ। ਭਾਈ ਸਾਹਿਬ ਨੇ ਕਿਹਾ, ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਦਿਓਂ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿ ਮਿਰਗ ਜਿਉਂ, ਭੀੜ ਪਈ ਚਿਤ ਅਵਰ ਨਾ ਜਾਣੀ, ਚਰਨ ਕਮਲ ਮਿਲ ਭਵਰ ਜਿਉਂ, ਸੁੱਖ ਸੰਪਟ ਵਿੱਚ ਰਹਿਣ ਵਿਖਾਣੀ। ਚਾਰ ਹੋ ਗਏ। ਹੁਣ ਪੰਜਵਾਂ ਸ਼ਬਦ ਹੈ, ਗੁਰ ਉਪਦੇਸ਼ ਨਾ ਵਿਸਰੈ, ਬਾਬੀਏ ਜਿਉਂ ਆਖ ਵਿਖਾਣੀ। ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ, ਸ਼ਹੀਦ ਹੋਣ ਤੋਂ ਇੱਕ ਰਾਤ ਪਹਿਲੀ ਜਿਹੜੀ ਸੀ, ਬੜੀ ਕਸ਼ਟ ਵਾਲੀ ਸੀ। ਆਪਣੇ ਲਈ ਮੈਂ ਕਹਿ ਰਿਹਾ, ਗੁਰੂ ਸੇਲ ਨਹੀਂ, ਹਾਲਾਂਕਿ ਉਦੋਂ ਪਹਿਲਾਂ ਸਾਈਂ ਮੀਆਂ ਮੀਰ ਆਉਂਦਾ ਜੀ, ਆਪ ਸਭ ਨੂੰ ਪਤਾ ਹੈ। ਅਤੇ ਇੱਕ ਸਾਡੇ ਸ਼ਾਇਰਾਂ ਨੇ ਬਾਅਦ ਵਿੱਚ ਲਿਖਿਆ, ਇੱਕ ਦੇ ਇੰਨੇ ਪਿਆਰੇ ਸ਼ਬਦ ਲਿਖੇ, ਉਹ ਕਹਿੰਦਾ, ਦੇਖੋ ਜਦੋਂ ਸਤਿਗੁਰੂ ਤੱਤੀ ਤਵੀ 'ਤੇ ਬੈਠੇ, ਸੀਸ 'ਚ ਰੇਤੇ ਪਏ, ਉਹਨੇ ਆਪਣੇ ਖਿਆਲ ਲਿਖੇ ਆ। ਕਹਿੰਦਾ, ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕਲਸ਼ ਝੁਲਦਾ, ਸਮਝ ਗਿਆ ਨਾ, ਵੀ ਹਰਿਮੰਦਰ ਸਾਹਿਬ ਬੈਠੇ ਉੱਤੇ ਗੁੰਬਦ ਹੈ ਕਲਸ਼ ਨੇ। ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਅਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਉਹ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ 'ਤੇ ਸੁਖਮਨੀ ਗਾਉਣ ਵਾਲੀ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਨੇ ਫਿਰ ਅਗਲੀ ਗੱਲ, ਮੈਂ ਇੱਕ ਦੋ ਸਿਰਫ ਮੈਨੂੰ ਚੰਗੀਆਂ ਲੱਗੀਆਂ ਉਹ ਰਚਨਾਵਾਂ, ਇੱਕ ਵਾਰੀ ਮੈਂ ਅੱਗੇ ਵੀ ਅਰਜ਼ ਕੀਤਾ, ਸਾਈਂ ਮੀਆਂ ਮੀਰ ਆਉਂਦਾ, ਉਹ ਦਰਵੇਸ਼ ਰੋਇਆ ਜੀ ਸੱਚੀ ਜੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਕੈਦ ਕੀਤੇ, ਸਾਈਂ ਮੀਆਂ ਮੀਰ ਉਦੋਂ ਵੀ ਕਲਪਿਆ। ਉਹਨੇ ਜਹਾਂਗੀਰ ਨੂੰ ਕਿਹਾ, ਪਰ ਜਦੋਂ ਆਉਂਦਾ ਗੁਰੂ ਸਾਹਿਬ ਜੀ ਦਾ ਤਨ ਵੇਖਦਾ, ਕਿਉਂ ਮੈਂ ਅਰਜ਼ ਕੀਤੀ, ਜਦੋਂ ਮਹਾਰਾਜ ਵਿਆਹ 'ਤੇ ਗਏ ਉਦੋਂ ਵੀ ਮਿਲਿਆ, ਜਦੋਂ ਕਾਲ ਪਿਆ ਉਦੋਂ ਵੀ ਗੁਰੂ ਅਰਜਨ ਦੇਵ ਨੂੰ ਮਿਲਿਆ। ਇੱਥੋਂ ਤੱਕ ਮੈਂ ਉਹ ਸਿੰਘਾਂ ਨੂੰ ਕਹਿੰਦਾ ਹੁਣ, ਜੇ ਪਾਕਿਸਤਾਨ ਪਿਆਰ ਕਰਦੀ ਸੰਗਤ, ਅਤੇ ਮੈਂ ਉਹਨੂੰ ਕਿਹਾ ਸੀ, ਇੱਥੇ ਡੱਬੀ ਬਾਜ਼ਾਰ ਹੈ ਲਾਹੌਰ, ਉੱਥੇ ਗੁਰੂ ਅਰਜਨ ਦੇਵ ਨੇ ਇੱਕ ਬੌਲੀ ਵੀ ਬਣਵਾਈ ਸੀ ਮਹਾਰਾਜ ਨੇ ਜੀ, ਉਹ ਯਤਨ ਕਰ ਰਹੇ ਆ, ਕਿਉਂਕਿ ਥਾਵਾਂ ਤਾਂ ਸਾਰੀਆਂ ਰਹਿ ਗਈਆਂ ਉੱਥੇ, ਜੋ ਮਰਜ਼ੀ ਕਹੀ ਜਾਈਏ, ਕੀਮਤੀ ਵਿਰਾਸਤ ਸਾਡੀ ਉੱਥੇ ਪਈ ਹੈ, ਕਿਤੇ ਕਿਤੇ ਕੋਈ ਟਾਵਾਂ ਟਾਵਾਂ ਸਾਂਭਣ ਦਾ ਯਤਨ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਉਂਦਾ ਸਾਈਂ ਮੀਆਂ ਮੀਰ, ਉਹ ਦਰਵੇਸ਼, ਕਹਿੰਦਾ ਮਹਾਰਾਜ ਇਹ ਕੀ ਸਾਡਾ ਇਹ ਵੀ, ਕਹਿੰਦਾ ਇਤਿਹਾਸ, ਉਹਨੇ ਕਿਹਾ ਮੈਂ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਦਿਆਂਗਾ। ਮਹਾਰਾਜ ਨੇ ਕਿਹਾ, ਸਾਈਂ ਜੀ ਤੁਸੀਂ ਸੁਖਮਨੀ ਸਾਹਿਬ ਪੜ੍ਹਦਿਆਂ ਪੁੱਛਿਆ ਸੀ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕੋਹ ਖੋਦੈ ਕੋਹ ਚੰਦਨ ਲੇਪ, ਤੁਸੀਂ ਪੁੱਛਿਆ ਸੀ ਇਹ ਹਕੀਕਤ ਵਿੱਚ ਵੀ ਹੈ ਕਿ ਧਰਤੀ ਨੂੰ ਕੋਈ ਪੱਟੇ ਅਤੇ ਧਰਤੀ 'ਤੇ ਕੋਈ ਚੰਦਨ ਦਾ ਲੇਪਣ ਕਰੇ
ਨਾ ਪੱਟਦਿਆਂ ਰੋਵੇ ਨਾ ਲੇਪਣ ਵੇਲੇ ਉਹ ਸਰ ਵਰਦ ਹੈ। ਕਹਿਣ ਲੱਗੇ ਸਾਈਂ ਜੀ ਜਿਹੜਾ ਸੁਖਮਨੀ ਸਾਹਿਬ 'ਚ ਲਿਖਿਆ ਅੱਜ ਮੈਂ ਤਵੀ 'ਤੇ ਬੈਠ ਕੇ ਉਹਦੇ ਅਰਥ ਵਿਆਕਰਨਾ। ਧੀਰਜ ਏਕ ਹੈ, ਸਾਈਂ ਦਾ ਅੰਦਰ ਭਰ ਗਿਆ। ਕਹਿੰਦਾ ਮਹਾਰਾਜ ਇਹ ਤਵੀ ਇਹ ਅੱਗ, ਹਜ਼ੂਰ ਕਹਿਣ ਲੱਗੇ ਅੱਜ ਤਾਂ ਸ਼ੁਰੂਆਤ ਹੋਈ ਹੈ, ਤੁਸੀਂ ਅੱਗੇ ਦੇਖੋ ਬਾਣੀ ਦੀ ਨੀਕ ਹੈ, ਹਰਿਮੰਦਰ ਦੀ ਨੀਕ ਹੈ, ਅੱਜ ਮੈਂ ਸਿੱਖੀ ਵਿੱਚ ਇੱਕ ਨਵਾਂ ਮਹਿਲ ਸ਼ੁਰੂ ਕਰਨ ਲੱਗਾ ਹਾਂ, ਇਸ ਮਹਿਲ ਦਾ ਨਾਂ ਹੋਵੇਗਾ ਸ਼ਹਾਦਤਾਂ ਦਾ ਮਹਿਲ। ਦੇ ਨਾਲ ਜਾਂਦੇ ਆ ਇਹਦੀ ਪਹਿਲੀ ਇੱਟ ਮਹਾਰਾਜ ਘਰੋਂ ਸ਼ੁਰੂ ਕਰਨ ਲੱਗਾ, ਗੁਰੂ ਕਾ ਮਹਿਲ ਜਿਹੜਾ ਸਥਾਨ ਹੈ ਉੱਥੇ ਮੈਂ ਰੱਖਾਂਗਾ, ਪਹਿਲਾ ਬੀਜ ਮੈਂ ਪਾਇਆ ਕੇ ਮੱਥਾ ਟੇਕ। ਆਉਣ ਵਾਲੇ ਸਮੇਂ 'ਚ ਇਹ ਤਾਂ ਬੈਠ ਕੇ ਤਵੀ ਤੇ ਸੁਣਦੇ ਪਿਆ ਵੀ ਸਾੜ ਦਿੱਤਾ, ਖਤਮ ਕਰ ਦਿੱਤਾ। ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਂਦੇ ਆ 30 ਤਵੀ ਦੇ ਉੱਤੇ ਪਰਿਵਾਰ ਨਾਲ ਪੁੰਗਰੇ ਜਾਂ ਦੂਰ ਜਾਂਦੇ ਧਿਆਨ ਦਿਆ ਤੇ ਸਿੱਖਾਂ ਨੇ ਸਰਨਾ ਨਹੀਂ ਪਰਿਵਾਰ ਇਹ ਪੁੰਗਰੇਗਾ। ਗੁਰੂ ਅਰਜੁਨ ਦੇ ਮਹਾਰਾਜ ਇਸ ਵਿੱਚੋਂ ਇੱਕ ਰੁੱਖ ਨਿਕਲੇਗਾ, ਵਾਪਸ ਤੋੜ ਦਿੰਦੇ ਇਹਦਾ ਇੱਕ ਫਲ ਜਿਹੜਾ ਖਾਂ ਰੁਤਬਾ ਸੀ ਚਾਂਦਨੀ ਚੌਂਕ ਵਿੱਚ ਚੰਦੂ ਦੇ ਹਵਾਲੇ ਤੇ ਮੁਰਜ ਦੋ ਚਮਕੌਰ ਦੀ ਗੜੀ ਵਿੱਚ ਜਾਣਗੇ। ਮੈਂ ਆਪ ਦੋ ਮੇਰੇ ਰੁੱਖ ਦੇ ਅੱਤ ਖਿੜੇ ਡੇਰਾ ਸਾਹਿਬ ਨੀਆਂ ਚਿਣੇ ਜਾਣਗੇ, ਤਸੀਏ ਜਿਹੜੇ ਬੱਕਰੀਆਂ ਸ਼ਾਹ ਦੇ ਦਿੱਤਾ ਹੋ ਜਾਣਗੀਆਂ। ਪਿਛਲੇ ਸ਼ਹਾਦਤ ਤੋਂ ਤੁਹਾਡਾ ਸੱਜਣ ਨੇ ਇੰਨਾ ਵੱਡਾ ਹੋਵੇਗਾ, ਸਾਰੀਆਂ ਤਸਵੀਰਾਂ ਭੇਜੀਆਂ ਸੁੱਕਣਾ ਕਿ ਲਾਲ ਹਰ ਸਦੀ ਵਿੱਚ ਸਿੱਖ ਆਪਣੇ ਪਹਿਲਾਂ ਖੂਨ ਦਾ ਪਾਣੀ ਦਾ ਰਿਆ ਕੇ ਹੁਣ ਉਹਦਾ ਸ਼ਹਾਦਤ ਤੇ ਲਿਖ ਦਿੱਤਾ ਹੈ। ਅਸਲ 'ਚ ਉਹ ਰੁੱਖ ਹੈ ਜਿਸ ਥੱਲੇ ਗੁਰੂ ਅਰਜੁਨ ਦੇਵ ਨੂੰ ਤਸੀਹੇ ਦਿੱਤੇ ਗਏ, ਗੁਰੂ ਅਰਜੁਨ ਦੇਵ ਚੰਦੂ ਦੀ ਹਵੇਲੀ ਦੀ ਕੰਧ ਬਿਲਕੁਲ ਇੱਕ ਟੋਟਾ ਜਿਹਾ ਬਚਿਆ ਹੋਇਆ। ਮੈਂ ਸੋਚਣਾ ਉਹ ਬਿਲਕੁਲ ਧਿਆਨ ਨਾਲ ਕੁਝ ਵੀ ਰੁਪਈਆਂ ਦਾ ਲੰਗਰ ਚਲਾਇਆ ਕਿ ਜਾਂ ਲੰਗਰ ਨਹੀਂ ਮੁੱਕਿਆ, ਵਹਿਮੀ ਤਾਂ ਹੈ ਸ਼ਬਦ ਗੁਰੂ ਨੇ ਦਿੱਤਿਆ ਸ਼ਬਦ ਨਹੀਂ ਮੁੱਕਾ, ਨੇ ਕਾਨੂੰਨ ਬਣਾਇਆ ਬੰਦਾ ਨਹੀਂ ਸਤਤੀ ਤਵੀ ਤੇ ਇਹ ਗੁਰੂ ਅਰਜੁਨ ਦੇਵ ਦਾ ਡੁੱਲਿਆ ਕਿ ਰੂਹਾਨੀ ਪੁਰਸ਼ ਜਿਹੜਾ ਹੋਵੇ ਡੁੱਲਿਆ ਹੋਇਆ ਉਹਨੂੰ ਮਾਰਨ ਲੱਗਿਆ ਇਸ ਢੰਗ ਨਾਲ ਮਾਰੋ ਉਹ ਸ਼ਹਾਦਤਾਂ ਦਾ ਸਰੀਰ ਵਿੱਚੋਂ ਖੂਨ ਦਾ ਤੁਪ ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ ਜੇ ਖੂਨ ਮਹਾਰਾਜਾ ਕਹਿੰਦੇ ਸਾਈਂ ਜੀ ਹੋਰ ਪੈਦਾ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਉਹਨੂੰ ਭੁੰਨ ਕੇ ਜਾਣ ਕੇ ਇਉਂ ਸੰਸਾਰ ਅੰਦਰ ਧੰਨ ਗੁਰੂ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਉਹਨਾਂ ਨੂੰ ਦੇਸ਼ ਦੇ ਦਰ ਜੁਰਮਾਨਾ ਭਰਨ ਦਾ ਜ਼ਿਕਰ ਕੀਤਾ ਜਾਂਦਾ। ਮੈਂ ਉੱਠੂ ਚਮਕੌਰ ਦੀ ਗੱਲ ਸੁਣੋ, ਟੁੱਟੇ ਜਦੋਂ ਰੁੱਤ ਬਹਾਰ ਅੰਦਰ ਅੱਧ ਖਿੜੇ ਕੀ ਤੋੜ ਕੇ ਤਾਂਗੀਆਂ ਤੋਂ ਤਸੀਏ ਦੇ ਚਿਣ ਦੇਵੇਗਾ ਕੋਈ ਦੀਵਾਰ ਅੰਦਰ ਤਸੀਏ ਦੇ ਬਣੀ ਰਹੇਗੀ ਸਦਾ ਬਹਾਰ। ਉਹਦਾ ਵੇਰਵਾ ਇਹ ਹੈ ਲਾਗੇ ਖਿਜ਼ਾ ਨੇ ਇਸ ਦੇ ਪਹਿਲਾਂ ਸਤਿਗੁਰੂ ਨੂੰ ਲੱਗੀ ਔਰ ਤੇ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਅੰਨ ਨਹੀਂ ਕੋਈ ਪਾਣੀ ਨਹੀਂ। ਧੰਨ ਗੁਰੂ ਅਰਜੁਨ ਦੇ ਮਹਾਰਾਜ ਚੰਦੂ ਦੀ ਨੂੰਹ ਦਾ ਜ਼ਿਕਰ ਸਾਡੇ ਪੁਰਾਣੇ ਹਵਾਲੇ ਨੂੰ ਲਾਲ ਖੂਹ ਦਿੱਤੇ ਗਏ ਉਸ ਰੁੱਖ ਵੀ ਪਹਿਲਾ ਤਸੀਆ ਜਿਹੜਾ ਥਾਂ ਵੀ ਹੈ ਆਹ ਜਿਹੜਾ ਰਾਵੀ ਦਾ ਕਿਨਾਰਾ ਉਦੋਂ ਰਾਈ ਦੇ ਦਿਨ ਬਿਲਕੁਲ ਨੇੜੇ ਸੀ ਵਾਲਿਆ ਇਸ ਰਾਵੀ ਦੇ ਕੰਢੇ ਤੋਂ ਹਜ਼ੂਰ ਨੂੰ ਸ਼ਹੀਦ ਅੱਗ ਪੈ ਰਹੀ ਸੀ ਦਰਿਆ ਵਿੱਚ ਗਰਮ ਪਾਣੀ ਕਿਹਾ ਜਾਂਦਾ ਹੈ ਜੀ ਫਲੋਵੇ ਹੋ ਗਏ ਧੰਨ ਗੁਰੂ ਅਰਜੁਨ ਦੇ ਮਹਾਰਾਜ ਗਰਮ ਪਾਣੀ 'ਚ ਪਾਇਆ ਉਹਨਾਂ ਨੇ ਸ਼ਹਾਦਤ ਜਦੋਂ ਸਕਿਨ ਜਿਹੜੀ ਫਲੋਵੇ ਹੋ ਗਈ ਪਰ ਮੈਂ ਆਪ ਨੂੰ ਬੇਨਤੀ ਕਰਾਂ ਆ ਗਿਆ ਉਸ ਦੇ ਇੰਨੇ ਠੰਡੇ ਨੇ ਗੁਰੂ ਅਰਜੁਨ ਦੇ ਮੈਂ ਠੰਡੇ ਸੀ ਨਹੀਂ ਕਹਿੰਦਾ ਸਰੀਰ ਤੇ ਜੀ ਉਹ ਪਿਆਰਿਓ ਦੂਸਰਾ ਤਸੀਹਾ ਦਿੱਤਾ ਗਿਆ ਪਰ ਗੁਰੂ ਪੰਜ ਦਿਨ ਦਿੱਤੇ ਮੈਂ ਬੇਨਤੀ ਕੀਤੀ ਵਿੱਚ ਬੈਠਾ ਹੋਇਆ ਦੂਜਾ ਫਿਰ ਤਸੀਹਾ ਦਿੱਤਾ ਜਦੋਂ ਫਲੋਵੇ ਹੋ ਗਏ ਸਰੀਰ ਵਿੱਚ ਸਨ ਪਾਣੀ ਨਾਲ ਭਰ ਗਏ ਕੁਝ ਸੰਗਤਾਂ ਨੂੰ ਠੰਡ ਫਲੋਵੇ ਜਿਹੜੇ ਨੇੜੇ ਆਉਂਦੇ ਸਨ ਇਹਨਾਂ ਨੇ ਫਿਰ ਅੱਜ ਗਰਮ ਰੇਤਾ ਮਹਾਰਾਜ ਦੇ ਕਰੋੜਾਂ ਸੰਗਤਾਂ ਦੇ ਸੀਨੇ ਨੂੰ ਗੁਰੂ ਅਰਜੁਨ ਦੇਵ ਉਹ ਸਾਰੇ ਤਨ ਦੇ ਉੱਤੇ ਪਿਆ ਇਸੇ ਗੁਰੂ ਅਰਜੁਨ ਦੇ ਮੈਂ ਕਿਉਂਕਿ ਕਹਿੰਦਾ ਉੱਤੇ ਜਦੋਂ ਗਰਮ ਰੇਤਾ ਗੁਰੂ ਉਪਦੇਸ਼ ਨਾ ਵਿਸਰੇ ਦੋ ਕਿੰਨਾ ਦੀ ਰਾਤ ਉਸ ਰਾਤ ਬੋਲਦੇ ਰਹੇ ਪਹਿਲਾਂ ਉਬਾਲਿਆ
ਸਵੇਰੇ ਸ਼ਹੀਦ ਹਜ਼ੂਰ ਸੱਚੇ ਸਾਰੀ ਰਾਤ ਸਿੱਖਾਂ ਨੂੰ ਉਪਦੇਸ਼ ਦਿੱਤਾ, ਨਾਮ ਪਾਇਆ ਗਿਆ, ਸਿਮਰਨ ਨਾ ਭੁੱਲਿਓ। ਤੀਸਰਾ ਫਿਰ ਉਪਦੇਸ਼ ਨਾ ਵਿਸਰੇ, ਅੰਤਲਾ ਦਿੱਤਾ ਜਾਂਦਾ ਉਹ ਹਜ਼ੂਰ ਆਖ ਬਖਾਣੀ ਤਵੀ ਉੱਤੇ ਬਿਠਾਇਆ ਜਾਂਦਾ, ਗੁਰਮੁਖ ਸੁਖ ਫਲ ਪਿਰਮ ਰਸ ਜੋ ਸਾਨੂੰ ਜਿੰਨਾ ਕੁ ਸਮਝ ਪਈ ਮੈਂ ਇਹ ਨਹੀਂ ਕਿ ਜਾਣੀ। ਤੇ ਭਾਈ ਸਾਹਿਬ ਪਹਿਲਾਂ ਗੁਰਵਾਲਿਆ ਵਿਟੋ, ਫਿਰ ਰੇਤਾ ਪਾਇਆ, ਬਾਣੀ ਐਸੇ ਦੀਨ ਦੀ ਆਤਮਾ ਤੇ ਬਿਠਾਇਆ ਅਰਜੁਨ ਦੇਵ ਜੀ ਸਤਿਗੁਰੂ ਦਾ ਸਾਰਾ ਜਿਸਮ ਕੁਰਬਾਨ ਜਾਈਏ ਰੇਤ ਨਾਲ। ਮੈਂ ਬੜੀ ਇਕੱਲੀ ਸ਼ਹਾਦਤ ਨਹੀਂ, ਮੇਰੀ ਇੱਛਾ ਸੀ ਮੈਂ ਪੰਛੀ ਚਾਤ ਉਹਨਾਂ ਦੇ ਪਰ ਉਪਕਾਰ ਜਿਹੜੇ ਨੇ ਆਪ ਨਾਲ ਸਾਂਝੇ ਕਰਾਂ। ਅਰਜੁਨ ਦੇਵ ਸੱਚਾ ਪਾਤਸ਼ਾਹ ਆਪ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਤਵੀ ਤੇ ਬੈਠ ਕੇ ਵੀ ਤਤਾ ਨਹੀਂ ਜੀ, ਜਿਹੜੇ ਨਿਤਨੇਮ ਨਹੀਂ ਕਰਦੇ। ਯਾਦ ਰੱਖੋ ਮੈਂ ਸ਼ੁਰੂ ਕੀਤੀ ਸੀ, ਤੁਸੀਂ ਕਥਾ ਸੁਣੀ ਇੰਨੇ ਸਾਲ ਹੋ ਗਏ, ਆਪਣੇ ਨੇ ਵਧੀ ਕੀ ਕਰਕੇ ਤਪਾਉਣ ਦਾ ਯਤਨ ਕੀਤਾ, ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਨੇ ਕੀਤਾ, ਰਬਾਬੀਆਂ ਨੇ ਕੀਤਾ, ਸੁਲੀ ਨੇ ਕੀਤਾ, ਬਾਣੀ ਰੋਜ਼ ਸਮਝ ਨਾ ਵੀ ਪਏ ਤਾਂ ਵੀ ਪੜਿਆ ਕਰੋ। ਸੁਖਮਨੀ ਸਾਹਿਬ ਰੋਜ਼ ਬਣਾਓ ਨੇਮ, ਹੁਣ ਇਹ ਕੋਈ ਕਹੇ ਜੀ ਸੁਖਮਨੀ ਸਾਹਿਬ ਕਿੱਥੇ ਲਿਖਿਆ ਪੜ੍ਹਨ ਲਈ, ਯਾਦ ਰੱਖਿਓ ਬਾਣੀ ਤਾਂ ਇੱਥੋਂ ਤੱਕ ਲਿਖਿਆ ਵੀ ਜਿੰਨੀ ਦੇਰ ਤੱਕ ਤੇਰਾ ਸਾਹ ਨਹੀਂ ਨਿਕਲਦਾ ਨਾ, ਹਰ ਨਾਮ ਸਾਹ ਹੀ ਬੰਦਗੀ ਚ ਨਿਕਲੇ। ਧੰਨ ਗੁਰੂ ਅਰਜੀਵ ਨਾ ਜਾਣੀਏ ਵੱਡਾ ਬੇਪਰਵਾਹ, ਮੈਂ ਆਪ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਹਿੰਦੁਸਤਾਨ ਵਿੱਚ, ਪਰ ਇਹ ਕੰਮ ਕਰੋ ਪਹਿਲਾਂ ਸ਼ਹੀਦ ਸੁਖਮਨੀ ਸਾਹਿਬ ਦਾ ਪਾਠ ਕਰਿਆ ਸੱਚਾ ਪਾਤਸ਼ਾਹ ਜੇ ਪੂਰਾ ਨਹੀਂ ਕਰ ਸਕਦੇ ਸਾਰੇ ਸਿੱਖ ਅਸ਼ਟਪਦੀ ਸਰਤਾਜ ਕਹਿੰਦੇ ਦੋ ਅਸ਼ਟਪਦੀਆਂ ਕਰ ਲਓ। ਜਿਹੜਾ ਆ ਸ਼ਬਦ ਹੈ ਨਾ ਮਾਨ ਕੋ ਤੁਸੀਂ ਯਾਦ ਰੱਖਿਓ, ਕਾਰਾ ਬੀਓ ਚੀ ਮੀਨਾ ਕੋ ਤੁਸੀਂ ਨੇਮ ਨਿਭਾ ਦਿਓ, ਨਾਮ ਰਤਨ ਗੁਣਾ ਮੈਂ ਗੁਰੂ ਅਰਜਨ ਦੇਵ ਤੇ ਭਰੋਸਾ ਕਰਨਾ ਤੁਹਾਡਾ ਨਾਗਾ ਹੀ ਫਿਰ ਕੇ ਪੈਂਦਾ ਹੈ। ਸੇਵਕ ਦੀ ਔੜ ਵੀ ਪ੍ਰੀਤ ਕਿ ਕੁਛ ਬਾਣੀ ਦਾ ਰਸ ਕਿ ਮੈਂ ਤਾਂ ਸੁਖਮਨੀ ਸਾਹਿਬ ਦੇ ਸ਼ਬਦ ਬੜੇ ਸਰਲ ਨੇ, ਜੈਸੀ ਅਰਥਾਂ ਦੀ ਸਮਝ ਪੈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਗਿਆ ਮੈਂ ਭੂਖ ਪਾਣਾ ਮੰਨਣ ਵਾਲਾ ਸਤਿਗੁਰੂ ਸੋਗਾ ਬੀਬੀ ਪਾਣੀ ਦਾ ਜਾਇਆ ਜੋ ਜੋ ਹੁਕਮ ਪਾਇਓ ਸਾਹਿਬ ਕੋ ਸੋ ਮਾਥੇ।